ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਗੱਲ ਕਰਾਂਗੇ ਝੋਨੇ ਦੀਆਂ ਉन्नत ਕਿਸਮਾਂ ਦੇ ਬਾਰੇ ਵਿੱਚ ਜਿਨ੍ਹਾਂ ਦੀ ਖੇਤੀ ਕਰਕੇ ਤੁਸੀਂ 2021 ਵਿੱਚ ਵੱਧ ਤੋਂ ਵੱਧ ਮੁਨਾਫਾ ਕਮਾ ਸਕਦੇ ਹੋ ਇਹਨਾਂ ਵਿੱਚ ਕੁਝ ਹਾਈਬ੍ਰਿਡ ਪਰਮਲ ਕਿਸਮਾਂ ਨੇ ਤੇ ਕੁਝ ਲੰਬੇ ਸਮੇਂ ਵਿੱਚ ਤਿਆਰ ਹੋਣ ਵਾਲੀਆਂ ਕਿਸਮਾਂ ਨੇ ਪੂਸਾ ਕਿਸਮਾਂ ਨੇ ਸੋ ਇਹਨਾਂ ਬਾਰੇ ਅੱਜ ਅੱਗੇ ਵੀਡੀਓ ਵਿੱਚ ਗੱਲ ਕਰਾਂਗੇ ਪੂਰੀ ਡਿਟੇਲ ਨਾਲ ਉਸ ਤੋਂ ਪਹਿਲਾਂ ਪਹਿਲੇ ਪਹਿਲੀ ਵਾਰ ਨਵੇਂ ਜੀਮਿੰਦਾਰ ਜੋ ਚੈਨਲ ਤੇ ਵੀਟ ਕੀਤਾ ਜਿਨ੍ਹਾਂ ਨੇ ਜੋ ਚੈਨਲ ਤੇ ਆਏ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਨਾਲ ਬੈਲ ਦਾ ਬਟਨ ਦਬਾ ਲੈਣ ਕਿਉਂਕਿ ਅਸੀਂ ਖੇਤੀਬਾੜੀ ਨਾਲ ਸੰਬੰਧਿਤ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਨੇ ਆ ਤੇ ਖੇਤੀ ਕਰਨ ਦੇ ਨਵੇਂ-ਨਵੇਂ ਤਰੀਕੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਨੇ ਆ ਵੀਡੀਓ ਨੂੰ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੀ ਆਰ 126 ਕਿਸਮ ਦੇ ਬਾਰੇ ਵਿੱਚ ਇੱਕ ਕਿਸਮ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀ ਕਿਸਮ ਹੈ 123 ਦਿਨਾਂ ਵਿੱਚ ਤਿਆਰ ਹੋਣ ਵਾਲੀ ਕਿਸਮ PR126 ਜੇ ਗੱਲ ਕਰੀਏ ਝਾਰ ਦੀ ਤਤੀ ਕੁਆਂਟਲ ਝਾਰ ਪਰ ਇਕੜ ਤੋਂ ਮਿਲ ਜਾਂਦਾ ਹੈ ਇਸ ਦੀ ਪਨੀਰੀ ਦੀ ਗੱਲ ਕਰੀਏ ਤਾਂ 25 ਤੋਂ 30 ਦਿਨਾਂ ਦੀ ਨਰਮ ਪਨੀਰੀ ਖੇਤ ਵਿੱਚ ਲਗਾਓ ਸੋ ਇਸ ਦੀ ਬਜਾਈ ਜੋ ਪਨੀਰੀ ਦੀ ਲਵਾਈ 20 ਜੂਨ ਤੋਂ ਲੈ ਕੇ 5 ਜੁਲਾਈ ਦੇ ਵਿੱਚਕਾਰ ਹੋਣੀ ਚਾਹੀਦੀ ਹੈ ਇਸ ਤੋਂ ਜ਼ਿਆਦਾ ਲੇਟ ਜਾਂ ਪਹਿਲਾਂ ਨਹੀਂ ਹੋਣੀ ਚਾਹੀਦੀ ਜਿਸ ਕਰਕੇ ਇਸ ਦਾ ਝਾੜ ਘਟ ਸਕਦਾ ਹੈ ਸੋ ਦੂਸਰੀ ਵੈਰਾਈਟੀ ਦੀ ਗੱਲ ਕਰੀਏ ਤਾਂ PR127 ਐਗਰੀਕਲਚਰ ਯੂਨੀਵਰਸਿਟੀ ਦੁਆਰਾ 2018 ਵਿੱਚ ਇਹ ਵੈਰਾਈਟੀ ਰਿਲੀਜ਼ ਕੀਤੀ ਗਈ ਸੀ ਇਹ ਝੋਨੇ ਦੀ ਪਰਮਲ ਹਾਈਬ੍ਰਿਡ ਕਿਸਮ ਹੈ ਇਹ 137 ਦਿਨਾਂ ਵਿੱਚ ਤਿਆਰ ਹੋਣ ਵਾਲੀ ਕਿਸਮ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਨੇ ਜੇ ਝਾੜ ਦੀ ਗੱਲ ਕਰੀਏ ਤਾਂ ਇਸ ਕਿਸਮ ਤੋਂ ਸਾਨੂੰ 30 ਕੁਆਂਟਲ ਤੱਕ ਔਸਤਨ ਝਾੜ ਮਿਲ ਜਾਂਦਾ ਹੈ ਪ੍ਰਤੀ ਏਕੜ ਦੀ ਗੱਲ ਕਰੀਏ ਖਾਰੇ ਪਾਣੀ ਵਾਲੀਆਂ ਜ਼ਮੀਨਾਂ ਵਿੱਚ ਖਾਰੇ ਪਾਣੀ ਵਾਲੀਆਂ ਜ਼ਮੀਨਾਂ ਜੋ ਨੇ ਉਹਨਾਂ ਵਿੱਚ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਖਰਾ ਪਾਣੀ ਵਿੱਚ ਇਹ ਕਿਸਮ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਦੀ ਹੁਣ ਗੱਲ ਕਰਦੇ ਹਾਂ ਕੁਝ ਜ਼ਿਆਦਾ ਸਮੇਂ ਵਿੱਚ ਪੱਕਣ ਵਾਲੀਆਂ ਵੈਰਾਈਟੀਆਂ ਦੇ ਬਾਰੇ ਵਿੱਚ ਜਿੱਦਾਂ PR 121 ਇਸ ਵੈਰਾਈਟੀ ਦੀ ਗੱਲ ਕਰੀ ਤੇ ਇਸ ਦਾ ਕੱਦ ਘੱਟ ਹੁੰਦਾ ਹੈ ਦੂਸਰੀਆਂ ਵੈਰਾਈਟੀਆਂ ਤੋਂ 98 ਸੈਂਟੀਮੀਟਰ ਇਸ ਦਾ ਜੋ ਹਾਈਟ ਹੈ ਇਸ ਦਾ ਕੱਦ ਦੇ ਇਹ ਕਿਸਮ ਡਿਗਦੀ ਨਹੀਂ 140 ਦਿਨਾਂ ਵਿੱਚ ਤਿਆਰ ਹੋਣ ਵਾਲੀ ਵੈਰਾਈਟੀ ਹੈ PR 121 ਇਸ ਕਿਸਮ ਵਿੱਚ ਬਿਮਾਰੀਆਂ ਨਾਲ ਟਕਰਾ ਕਰਨ ਦੀ ਜੋ ਸਮਰੱਥਾ ਵਧ ਹੁੰਦੀ ਏ ਜੇ ਝਾੜ ਦੀ ਗੱਲ ਕਰੀਏ ਤਾਂ 35 ਕੁਇੰਟਲ ਝਾੜ ਇਸੋ ਸਾਨੂੰ ਮਿਲ ਜਾਂਦਾ ਏ ਜੇ ਬਜਾਈ ਦੀ ਗੱਲ ਕਰੀਏ ਤਾਂ ਇਸ ਦੀ ਬਜਾਈ 20 ਜੂਨ ਤੋਂ ਲੈ ਕੇ 30 ਜੂਨ ਤੱਕ ਸਹੀ ਸਮਾਂ ਇਸ ਦੀ ਬਜਾਈ ਦਾ ਏ ਜੇ ਵਧ ਝਾੜ ਪ੍ਰਾਪਤ ਕਰਨਾ ਹੈ ਤਾਂ ਇੰਨਾ ਦਿਨਾਂ ਵਿੱਚ ਜੋ ਸਾਨੂੰ ਇਸ ਦੀ ਪਨੀਰੀ ਦੀ ਲਵਾਈ ਕਰਨੀ ਚਾਹੀਦੀ ਏ 20 ਜੂਨ ਤੋਂ ਲੈ ਕੇ 30 ਜੂਨ ਦੇ ਵਿੱਚਕਾਰ ਹੁਣ ਗੱਲ ਕਰਦੇ ਹਾਂ ਪੀਆਰ 122 ਕਿਸਮ ਦੇ ਬਾਰੇ ਵਿੱਚ ਇਹ ਵੈਰੈਟੀ ਪੀਆਰ 121 ਤੋਂ ਥੋੜਾ ਵੱਧ ਸਮਾਂ ਲੈਂਦੀ ਹੈ ਤਿਆਰ ਹੋਣ ਵਿੱਚ ਇਹ ਕਿਸਮ 147 ਦਿਨਾਂ ਵਿੱਚ ਤਿਆਰ ਹੋਣ ਵਾਲੀ ਕਿਸਮ ਹੈ ਇਸ ਦੇ ਚੌਲ ਪਤਲੇ ਅਤੇ ਲੰਬੇ ਹੁੰਦੇ ਹਨ ਇਸ ਦੇ ਝਾੜ ਦੀ ਗੱਲ ਕਰੀਏ ਤਾਂ 31 ਕੁਆਂਟਲ ਲੈ ਕੇ 32 ਕੁਆਂਟਲ ਤੱਕ ਇਸ ਦਾ ਝਾੜ ਪ੍ਰਤੀ ਏਕੜ ਤੋਂ ਸਾਨੂੰ ਜ਼ਿਆਦਾ ਪ੍ਰਾਪਤ ਹੋ ਜਾਂਦਾ ਹੈ ਦੂਜੀਆਂ ਵੈਰੈਟੀਆਂ ਨਾਲੋਂ ਜੇ ਬਜਾਈ ਦੀ ਗੱਲ ਕਰੀਏ ਤਾਂ 10 ਜੂਨ ਤੋਂ ਲੈ ਕੇ 30 ਜੂਨ ਤੱਕ ਇਸ ਦੀ ਬਜਾਈ ਕਰ ਸਕਦੇ ਆ ਪਰ ਸਹੀ ਸਮੇਂ ਦੀ ਗੱਲ ਕਰੀਏ ਤਾਂ 10 ਜੂਨ ਤੋਂ ਲੈ ਕੇ 20 ਜੂਨ ਤੱਕ ਜੋ ਸਹੀ ਸਮਾਂ ਇਸ ਦੀ ਬਜਾਈ ਦਾ ਹੈ ਜੇ ਗੱਲ ਕਰੀਏ ਜ਼ਿਆਦਾ ਝਾੜ ਪ੍ਰਾਪਤ ਕਰਨ ਦੀ ਤਾਂ ਇਹਨਾਂ ਦਿਨਾਂ ਵਿੱਚ ਇਸ ਦੀ ਬਜਾਈ ਹੋਣੀ ਚਾਹੀਦੀ ਏ ਸੋ ਇਹਨਾਂ ਕਿਸਮਾਂ ਦੀ ਖੇਤੀ ਕਰਕੇ ਅਸੀਂ 2021 ਵਿੱਚ ਵੱਧ ਮੁਨਾਫਾ ਕਮਾ ਸਕਨੇ ਆ ਕਿਸਾਨ ਵੀਰ ਕਿਉਂਕਿ ਇਹਨਾਂ ਕਿਸਮਾਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਜ਼ਿਆਦਾ ਹੁੰਦੀ ਏ ਅਤੇ ਇਹਨਾਂ ਵਿੱਚ ਡਿੱਗਣ ਦੀ ਜਾਂ ਕੋਈ ਹੋਰ ਸਮੱਸਿਆ ਨਹੀਂ ਹੁੰਦੀ ਸੋ ਇਸ ਕਰਕੇ ਇਸ ਤੋਂ ਜ਼ਿਆਦਾ ਮੁਨਾਫਾ ਕਮਾਇਆ ਜਾ ਸਕਦਾ ਏ ਸੋ ਇਹ ਸੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਜੋ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਹਮੇਸ਼ਾ ਲਈ ਐਡਾ ਦੀ ਵੀਡੀਓ ਵੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਸੋ ਅੱਜ ਲਈ ਇੰਨਾ ਹੀ ਧੰਨਵਾਦ